ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਅਸਲਾਮੁ ਅਲੈਕੁਮ ਕੀ ਹਾਲ ਚਾਲ ਨੇ ਜਨਾਬ ਤੁਸੀਂ ਵੇਖਦੇ ਪਏ ਹੋ ਹੋਤਾ ਪੰਜਾਬ ਟੀਵੀ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਹਸਨ ਰਜ਼ਾ ਜਿਵੇਂ ਕਿ ਦੋਸਤਾਂ ਨੂੰ ਪਤਾ ਹੈ ਅਸੀਂ ਬਾਈਆਂ ਵਾਸਤੇ ਡੇਲੀ ਅੱਛੇ ਤੋਂ ਅੱਛੇ ਜਾਨਵਰ ਦੀ ਵੀਡੀਓ ਲੈ ਕੇ ਹਾਜ਼ਰ ਹੁੰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਦੋਸਤਾਂ ਨੂੰ ਇੱਕ ਅਨਮੋਲ ਹੀਰਾ ਖਾਸ ਨੀਲੀ ਦਾ ਬਾਈ ਅੱਬਾਸ ਔਰ ਹੀ ਲੈ ਕੇ ਆਏ ਨੇ ਅਤੇ ਅਸੀਂ ਵਿਖਾਉਂਦੇ ਪਏ ਹਾਂ ਦੋਸਤਾਂ ਨੂੰ ਮੱਝ ਵਿਖਾਉਣੀ ਹੈ ਕੈਮਰਾਮੈਨ ਸਾਹਿਬ ਤਸਲੀਆਂ ਦੇ ਨਾਲ ਦੋਸਤਾਂ ਨੂੰ ਜਿਹੜੇ ਦੋਸਤਾਂ ਦੇ ਗਿਲੇ ਉਲਾਮੇ ਪਹਿਲੇ ਵੀ ਨਹੀਂ ਆਉਂਦੇ ਅਤੇ ਇਨਸ਼ਾਅੱਲਾ ਅੱਗੇ ਵੀ ਨਹੀਂ ਆਉਣਗੇ ਕਿਉਂਕਿ ਮੱਝ ਅਸੀਂ ਅੱਛੇ ਤਰੀਕੇ ਦੇ ਨਾਲ ਵਿਖਾਉਂਦੇ ਹਾਂ ਤਾਂ ਕਿ ਹਰ ਚੀਜ਼ ਦਾ ਹਰ ਗੱਲਬਾਤ ਦਾ ਦੋਸਤਾਂ ਨੂੰ ਪਤਾ ਚੱਲੇ ਮੱਝ ਦੀ ਆਰਡਰ ਕੁਆਲਿਟੀ ਬੜੀ ਖੂਬਸੂਰਤ ਕਿਤਨੀ ਚੱਡਾ ਚੈੱਕ ਕਰਨਾ ਕਿੰਨਾ ਖੁੱਲ੍ਹਾ ਔਰ ਖੂਬਸੂਰਤ ਡਾਲੀ ਵਾਲਾ ਚੱਡਾ ਥਾਣ ਪੂਰਾ ਮੁੱਠ ਮੁੱਠ ਦਾ ਵਿਰਲਾ ਚੈੱਕ ਕਰਨੀਆਂ ਨੇ ਗਿੱਠ ਗਿੱਠ ਵਿਰਲ ਅੱਗੋਂ ਸਾਈਡ ਤੋਂ ਪਿੱਛੋਂ ਚਵਾਂ ਪਾਸੋਂ ਅਸੀਂ ਗਿੱਠ ਵਿੱਚ ਰੱਖੀ ਹੈ ਤਾਂ ਪੂਰੀ ਆਉਂਦੀ ਅੱਲਾਹ ਦੇ ਹੁਕਮ ਦੇ ਨਾਲ ਜਿਹੜੀ ਸੂਹ ਹੈ ਬਿਲਕੁਲ ਕੱਟੀਆਂ ਵਾਲੀ ਛੋਟੀ ਜਿਹੀ ਜਿਵੇਂ ਖੀਰੀ ਕੱਟੀ ਦੀ ਸੂਹ ਆਉਂਦੀ ਹੈ ਬਰੀਕ ਪੂਛ ਬਿਲਕੁਲ ਦਾਗਿਆ ਵਰਗੀ ਮੱਝ ਨੂੰ ਖੂਬਸੂਰਤ ਤਰੀਨ ਪੁੱਠਾ ਮੱਝ ਨੂੰ ਖੁੱਡਾ ਮੱਝ ਦੀਆਂ ਡਾਕਾਂ ਮੱਝ ਨੂੰ ਹੱਡੀ 4 ਇੰਚ ਚੱਕੀ ਹੋਈ ਸਿੰਘਾਂ ਲੱਡੀ ਹੈ ਸ਼ਾਹ ਕਾਲੀ ਮੱਝ ਇੱਕ ਰੰਗ ਸ਼ਾਹ ਕਾਲੀ ਪੂਛ ਜਿਹੜੀ ਹੈ ਉਹ ਗਿੱਠ ਡੇਢ ਗਿੱਠ ਸਫੈਦ ਹੈ ਬਾਕੀ ਮੱਝ ਤੁਹਾਡੀ ਅੱਖਾਂ ਦੇ ਸਾਹਮਣੇ ਆਰਡਰ ਕੁਆਲਿਟੀ ਚੈੱਕ ਕਰਨੀ ਹੈ ਬੜੀ ਖੂਬਸੂਰਤ ਤਰੀਨ ਮੱਝ ਖਾਸ ਨੀਲੀ ਦੀ ਬਰੀਕ ਪੂਰੀ ਨਸਲ ਪੂਰੀ ਮੱਝ ਨੂੰ ਹੱਡੀਆਂ ਪੂਰੀਆਂ ਤਰੀਕੀਆਂ ਅੱਲਾਹ ਦੇ ਹੁਕਮ ਦਰਾਲ ਐਵੇਂ ਦੇ ਹੀਰੇ ਹੋਤਾ ਪੰਜਾਬ ਟੀਵੀ ਨੇ ਹਮੇਸ਼ਾ ਵਿਖਾਏ ਨੇ ਔਰ ਇਨਸ਼ਾਅੱਲਾ ਵਿਖਾਉਂਦੇ ਰਹਾਂਗੇ ਦੋਸਤਾਂ ਨੂੰ ਇਸੇ ਤਰ੍ਹਾਂ ਦੇ ਨਾਲ ਕਿਉਂਕਿ ਅਸੀਂ ਕਦੇ ਗੱਲਾਂ ਨਹੀਂ ਕੀਤੀਆਂ ਅਸੀਂ ਚੀਜ਼ ਵਿਖਾਉਂਦੇ ਹਾਂ ਚੀਜ਼ ਦੱਸਦੇ ਹਾਂ ਦੋਸਤਾਂ ਨੂੰ ਇਨਸ਼ਾਅੱਲਾ ਜਿਹੜਾ ਸਾਡਾ ਪਿਆਰ ਹੈ ਸਾਡੇ ਵੇਖਣ ਵਾਲੇ ਬਾਈਆਂ ਦੇ ਨਾਲ ਉਹ ਹਮੇਸ਼ਾ ਇਵੇਂ ਕਾਇਮ ਰਹੀ ਅੱਲਾਹ ਦੇ ਹੁਕਮ ਦੇ ਨਾਲ ਕਿਉਂਕਿ ਚੀਜ਼ ਅਸੀਂ ਚੰਗੀ ਦਿੰਦੇ ਹਾਂ ਚੰਗੀ ਵਿਖਾਉਂਦੇ ਹਾਂ ਵਿਖਾਉਂਦੇ ਅੱਛੇ ਤਰੀਕੇ ਦੇ ਨਾਲ ਹੈ ਕੈਮਰਾਮੈਨ ਸਾਹਿਬ ਚਿਹਰੇ ਦੀ ਕਰਾਉਣੀ ਹੈ ਤਸੱਲੀ ਫਿਰ ਜਨਾਬ ਵਿੱਚ ਆਪਾਂ ਮੱਝ ਦੀ ਜਿਹੜੀ ਹੈ ਉਹ ਚੁਆਈ ਕਰਵਾਵਾਂਗੇ ਲਾਈਵ ਦੋਸਤਾਂ ਨੂੰ ਸਿਰਫ ਚੁਆ ਚੈੱਕ ਕਰਵਾਉਣਾ ਹੈ ਦੁੱਧ ਨਸੀਬਾਂ ਦਾ ਹੁੰਦਾ ਹੈ ਮੈਂ ਇਹ ਗੱਲ ਕਰਦਾ ਹੁੰਦਾ ਗੇੜੇ ਕੱਟ ਸੀ ਅੱਲਾਹ ਦੇ ਹੁਕਮ ਨਾਲ ਮੈਂ ਦੂਰ ਕਰਸਾਂ ਹਮੇਸ਼ਾ ਗੱਲ ਇਹ ਹੀ ਕਰਦਾ ਹੁੰਦਾ ਕਿ ਇੱਥੇ ਮੱਝ ਦੁੱਧ ਕਿਲੋ ਗਾਟ ਦੇ ਦੇਵੇ 2 ਗਾਟ ਦੇ ਦੇਵੇ ਮੱਝ ਨੂੰ ਅੱਗੇ ਜਾ ਤੇ ਦੁੱਧ ਦੇਣਾ ਚਾਹੀਦਾ ਹੈ ਤਾਂ ਕਿ ਸਾਡਾ ਥੋੜ੍ਹਾ ਜਿਹਾ ਤਲਕ ਵੇਖਣ ਵਾਲੇ ਬਾਈਆਂ ਦੇ ਨਾਲ ਵਧੇ ਜਿਹੜਾ ਸਾਡਾ ਪਿਆਰ ਹੈ ਉਹ ਹਮੇਸ਼ਾ ਕਾਇਮ ਰਹੇ ਮੱਝਾਂ ਨੂੰ ਅੱਗੇ ਜਾ ਕੇ ਦੁੱਧ ਦੇਣਾ ਚਾਹੀਦਾ ਔਰ ਇਨਸ਼ਾਅੱਲਾ ਅੱਲਾਹ ਦੇ ਹੁਕਮ ਦੇ ਨਾਲ ਜਿਹੜੀਆਂ ਸਾੜੀਆਂ ਬੇਜੀਆਂ ਹੋਈਆਂ ਮੱਝਾਂ ਨੇ ਉਹ ਅੱਗੇ ਜਾ ਕੇ ਦੁੱਧ ਕਰਦੀਆਂ ਪਈਆਂ ਨੇ ਇਹ ਨਹੀਂ ਹੈ ਵੀ ਅਸੀਂ ਇੱਥੇ ਦੁੱਧ ਜਿਹੜਾ ਮਿਲਾ ਦਿੰਦੇ ਹਾਂ ਤੇ ਬਾਅਦ ਵਿੱਚ ਕਰਦੀਆਂ ਨਹੀਂ ਐਵੇਂ ਦਾ ਕੰਮ ਹੀ ਨਹੀਂ ਕਰਨਾ ਅੱਗੇ ਪਿੱਛੇ ਚੈੱਕ ਕਰਨੀ ਹੈ ਪੱਟਾਂ ਤੋਂ 4-4, 6-6 ਇੰਚ ਬਾਹਰ ਦੁਨੀ ਤੋਂ ਸੂਹ ਤੱਕ ਮੱਝ ਨੂੰ ਮਿਲੇ ਮੱਝ ਪੰਡਾ ਲਾਈ ਗਈ ਅੱਲਾਹ ਦੇ ਹੁਕਮ ਦੇ ਨਾਲ ਥੋੜ੍ਹੀ ਜਿਹੀ ਮੱਝ ਟੋਰ ਕੇ ਵਿਖਾਉਣੀ ਹੈ ਫਿਰ ਆਪਾਂ ਵਿੱਚ ਚੁਆਈ ਕਰਵਾਉਂਦੇ ਹਾਂ ਬੱਚਾ ਲਾ ਕੇ ਦੋਸਤਾਂ ਨੂੰ ਅਸੀਂ ਸਿਰਫ ਚੁਆ ਚੈੱਕ ਕਰਵਾਉਣਾ ਹੈ ਅਮੀਰ ਰਮਜ਼ਾਨ ਦਾ ਇੱਕ ਜ਼ਰੂਰੀ ਹੈ ਦੋਸਤ ਬੜਾ ਸ਼ੌਕ ਕਰਦੇ ਹਨ ਹੋਣਾ ਚਾਹੀਦਾ ਭਾਵੇਂ ਬੱਚਾ ਫੜ ਦੇ ਕੋਈ ਸ਼ਾ ਦਿੱਤੀ ਰੱਖਿਆ ਮੱਝ ਨੂੰ ਮੱਥਾ ਮੱਝ ਦੀ ਖੁੱਤੀ ਮੱਝ ਦੀ ਗਿਰਦਨ ਮੱਝ ਨੂੰ ਕੰਨ ਗੋਲ ਸਿੰਘੀ ਮੱਝ ਦੀ ਗੋਲ ਕੜੇ ਨੇ ਖੂਬਸੂਰਤ ਤਰੀਨ ਫੇਸ ਬਿਊਟੀ ਬੜੀ ਖੂਬਸੂਰਤ ਬੜੀ ਲਾਜਵਾਬ ਪਿਆਰ ਨਾਲ ਬਾਈ ਅੱਬਾਸ ਜਦਨ ਵੀ ਆਇਆ ਚੈਨਲ ਤੇ ਮੱਝ DRP ਲੈ ਕੇ ਆਇਆ ਹੈ ਕਿਉਂਕਿ DRP ਮੈਂ ਵੈਸੇ ਆਖਦਾ ਹੁੰਦਾ ਜਿਸ ਤਰ੍ਹਾਂ ਸਾਰੀਆਂ ਖਾਦਾਂ ਦੇ ਵਿੱਚੋਂ DRP ਦਾ ਰੇਟ ਜ਼ਿਆਦਾ ਹੈ ਇਸ ਵਜ੍ਹਾ ਤੋਂ
ਮੱਝਾਂ ਬਾਈ ਹੋਰੀ ਚੁੱਗ ਚੁੱਗ ਕੇ ਸਾਡੇ ਵੇਖਣ ਵਾਲੇ ਬਾਈਆਂ ਵਾਸਤੇ ਲੈ ਕੇ ਆਉਂਦੇ ਨੇ। ਅੱਗੇ ਲੈ ਚੱਲ ਮੁੰਡਾ ਅੱਗੇ। ਕੈਮਰਾਮੈਨ ਸਾਹਿਬ ਇੱਥੇ ਚੈੱਕ ਕਰਵਾਉਣਾ ਪੂਰੀ ਗਿੱਠ ਵਿਰਲ, ਹੇਕ ਚੱਡਾ ਮਾਝ ਨੂੰ ਅੱਗੇ ਤੇ ਹੇਕ ਪਿੱਛੇ, ਅਗਾੜੀ ਤੂੰ ਅੱਗੇ ਵੀ ਥੱਬੇ ਤੇ ਪਿਛਾੜੀ ਤੂੰ ਪਿੱਛੇ ਵੀ ਥੱਬੇ, ਆਪ ਫੜ ਲੈਣਾ। ਮਾਸ਼ਾਅੱਲਾ ਜੀ, ਖੂਬਸੂਰਤ ਤਰੀਨ ਸ਼ਾਹ ਕਾਲੀ ਮੁਸ਼ਕਿਲ ਮੱਝ। ਵੈਸੇ ਕੁਦਰਤੂ ਹੀ ਮੱਝਾਂ ਚੰਗੀਆਂ ਆਉਂਦੀਆਂ ਪਈਆਂ ਨੇ ਹਮੇਸ਼ਾ ਤੂੰ ਚੈਨਲ ਤੇ, ਪਤਾ ਨਹੀਂ ਇਹ ਸਾਡੇ ਨਸੀਬ ਹਨ ਜਾਂ ਸਾਡੇ ਵੇਖਣ ਵਾਲੇ ਬਾਈਆਂ ਦੇ ਨਸੀਬ ਹਨ। ਐਵੇਂ ਦੇ ਤੋਹਫੇ ਬਾਈਆਂ ਨੂੰ ਮਿਹਨਤਾਂ ਕਰਕੇ ਅਸੀਂ ਵਿਖਾ ਸਾਂ, ਇਹ ਇਨਸ਼ਾਅੱਲਾ ਅੱਲਾ ਦੇ ਹੁਕਮ ਦੇ ਨਾਲ ਪਿਆਰ ਕਰਾਂਗੇ। ਇਹ ਜਨਾਬ ਸਾਰਾ ਮੁਕੰਮਲ ਇਹਦੇ ਵਿੱਚ ਤੁਹਾਡੇ ਵੀਰ ਦਾ ਕਮਾਲ ਕੋਈ ਨੀ, ਸਾਰਾ ਜਿਹੜਾ ਹੈ ਨਾ ਕੰਮ ਹੈ ਮੇਰੇ ਕੈਮਰਾਮੈਨ ਦਾ, ਮਿਹਨਤਾਂ ਕੈਮਰਾਮੈਨ ਕਰਦਾ ਹੈ, ਮੇਰਾ ਕੰਮ ਹੈ ਤੁਹਾਨੂੰ ਬੋਲ ਕੇ ਦੱਸਣਾ, ਮੈਂ ਬੋਲੀ ਜਾਂਦਾ ਵਿਖਾਈ ਹੋ ਜਾਂਦਾ। ਅੱਲਾ ਲੰਮੀ ਹਜ਼ਾਰੀ ਕਰੇ, ਅੱਲਾ ਪਾਕ ਇਹਨੂੰ ਸਿਹਤ ਦੇਵੇ। ਕੈਮਰਾਮੈਨ ਸਾਹਿਬ ਇੱਥੇ ਫਿਰ ਵਿਖਾਉਣਾ ਸਾਈਡ ਤੋਂ ਕਿ ਵਾਕਿਆ ਦੋ ਚੱਡੇ ਨਜ਼ਰ ਆਉਂਦੇ ਨੇ, ਮੱਝ ਪਿੱਛੇ ਲੱਗੀ ਹੈ ਗੋਲੀ, ਉਹਨੇ ਰਿਕਾਰਡ ਤੋੜ ਦਿੱਤੇ ਨੇ, ਔਰ ਇਨਸ਼ਾਅੱਲਾ ਅੱਗੇ ਜਾ ਕੇ ਵੀ ਦੁੱਧ ਕਰਦੀ ਪਈ ਹੈ, ਕਿਉਂਕਿ ਜਿਹੜੀਆਂ ਅਸੀਂ ਮੱਝਾਂ ਦਿੰਦੇ ਹਾਂ ਉਹ ਮੋਹਰਾਂ ਲਾ ਕੇ ਦਿੰਦੇ ਹਾਂ, ਐਵੇਂ ਕੰਮ ਕਦੇ ਨਹੀਂ ਕੀਤਾ। ਮੱਝ ਨੂੰ ਪੁੱਟਾ ਖੁੱਡਾ ਫਿਰ ਤਸੱਲੀ ਨਾਲ ਵੇਖਣਾ ਮੱਝ ਦੀ, ਬੱਚਾ ਲਾਓ ਜੀ ਫੋਟੇ ਭਾਈ ਜਾਨ ਦੋਸਤਾਂ ਨੇ ਵੇਖਣਾ ਹੈ। ਮੱਝ ਦੀ ਤੀਰ ਸਿੱਧੀ ਕੰਡ, ਮੱਝ ਦੇ ਕੰਨ ਚੈੱਕ ਕਰਨੇ ਨੇ, ਗਰਦਨ ਮਾਸ਼ਾਅੱਲਾ ਬੜੀ ਖੂਬਸੂਰਤ, ਦਿਲ ਕਰਦਾ ਕਿ ਬੰਦਾ ਮੱਝ ਦਾ ਚਿਹਰਾ ਵੇਖਦਾ ਰਹੇ ਤੱਕਦਾ ਰਹੇ, ਬੜੀ ਖੂਬਸੂਰਤ ਤਰੀਨ। ਇੱਥੇ ਕੈਮਰਾਮੈਨ ਸਾਹਿਬ ਲੈ ਆਉਣਾ ਪਿੱਗੇ ਠੱਗੇ ਹੈ ਅਗਾੜੀ ਤੂੰ ਜਾਂ ਐਵੇਂ ਮੈਂ ਗੱਲਾਂ ਕੀਤੀ ਜਾਂਦਾ। ਮਾਸ਼ਾਅੱਲਾ ਇਹ ਚੈੱਕ ਕਰਨਾ ਥੱਬਿਆਂ ਦੇ ਚੱਡੇ, ਐਵੇਂ ਗੱਲਾਂ ਨਹੀਂ ਇੱਥੇ ਆਉਂਦੀਆਂ, ਕੰਮ ਕਰਕੇ ਵਿਖਾਉਂਦੇ ਹੈ, ਤਾਂ ਹੀ ਦੁਨੀਆ ਉਤਾ ਪੰਜਾਬ ਟੀਵੀ ਤੇ ਇਤਮਾਦ ਕਰਦੀ ਹੈ, ਭਰੋਸਾ ਕਰਦੀ ਹੈ। ਯਾਰ ਵਾਰ ਅਸੀਂ ਖਰਾ ਦਿੰਦੇ ਹਾਂ, ਤੁਸੀਂ ਬੱਚਾ ਲਾਓ ਆ ਜਾਂਦਾ, ਸਿਰਫ ਦੋਸਤਾਂ ਨੂੰ ਚੁਆ ਚੈੱਕ ਕਰਵਾਉਣਾ ਹੈ, ਦੋ ਦਿਨ ਅੱਗੇ ਜਾ ਕੇ ਦੇਣਾ ਅਸੀਂ, ਇਹ ਨਹੀਂ ਆਉਂਦੇ ਇੱਥੇ ਵੀਹ ਕਰਦੀ ਹੈ ਤੇ ਅਠਾਰਾਂ। ਅੱਲਾ ਦੇ ਹੁਕਮ ਦੇ ਨਾਲ ਚੈੱਕ ਕਰਨਾ ਕੋਈ ਵੰਗਾ ਨਹੀਂ, ਜਦੋਂ ਉੱਥੋਂ ਮੱਝ ਨੂੰ ਲੈ ਕੇ ਆਇਆ ਇੱਥੇ ਮੱਝ ਮਿਲੀ ਖਲੀਏ, ਇਹਨੂੰ ਨਸਲ ਆਜ਼ਾਦ ਆਖਦੇ ਨੇ। ਤੇ ਬਾਕੀ ਮਾਸ਼ਾਅੱਲਾ ਤੁਹਾਡੀ ਅੱਖਾਂ ਦੇ ਸਾਹਮਣੇ ਇਹ ਜਿਹੜਾ ਕੁਝ ਵੀ ਹੈ, ਐਵੇਂ ਬਾਂਹ ਬਾਂਹ ਲਾਈ ਰੱਖੀਏ, ਕੁੱਕੂ ਰੜਾ ਪਾਈ ਰੱਖੀਏ, ਉਹਦਾ ਫਾਇਦਾ ਕੋਈ ਨਹੀਂ, ਤੇ ਨਾ ਹੀ ਗੱਲਾਂ ਕਰਨ ਦੇ ਆਦੀਆਂ, ਨਾ ਹੀ ਕਦੇ ਹਾਲ ਹਾਲ ਪਾਈਏ। ਜਾਨਵਰ ਲੈ ਕੇ ਆਉਂਦੇ ਹਾਂ ਔਰ ਵਿਖਾਉਂਦੇ ਹਾਂ ਦੋਸਤਾਂ ਨੂੰ। ਸ਼ਾਬਾਸ਼ ਇਨਸ਼ਾਅੱਲਾ ਦੋਸਤਾਂ ਦਾ ਸ਼ੌਕ ਪੂਰਾ ਦੇ ਹੁਕਮ ਦੇ ਨਾਲ। ਜੀ ਜੀ ਭਾਈ ਗੱਲ ਏ, ਜੀ ਜੀ ਸਿਰਫ ਪਾਣੀ ਥੋੜੀਆਂ ਜਿਹੀਆਂ ਕਮੀਆਂ ਦਿੱਤੀ ਖੜਾ ਹੈ, ਤੇ ਮੁੜ ਵੀ ਸ਼ੁਕਰ ਹੈ ਆਮਦਾਨੀ ਪਿਆ ਕੇ ਆ ਗਈ ਹੈ, ਪਾਣੀ ਤਾਂ ਆਇਆ ਖੜਾ ਅੱਲਾ ਦੇ ਬੰਦੇ ਮੁੱਢੇ, ਤੇ ਹੁਣ ਨਵੇਂ ਪਾਣੀ ਦੇ ਮੁੜ ਖਤਰੇ ਨੇ ਪੱਠੇ ਇਹਨੂੰ ਕੋਈ ਨਹੀਂ। ਸਾਰਿਆਂ ਤੋਂ ਵੱਡੀ ਗੱਲ ਇਹ ਭਾਈ, ਪੱਠਾਂ ਤੋਂ ਬੜੇ ਦਲੀਲ ਹੋਏ ਆ, ਥੱਲਾ ਸਾਰਾ ਖਤਮ ਹੋ ਗਿਆ। ਜਿਹੜੇ ਬੰਦੇ ਮੱਝਾਂ ਨੂੰ ਸਮਝਦੇ ਆ ਨਾ ਪੁਰਾਣੇ ਬੰਦੇ, ਜੀ ਉਹ ਬੰਦੇ ਅਸਲ ਦੇ ਟੁਰ ਗਏ ਨੇ, ਹੁਣ ਬੰਦੇ ਆ ਗਏ ਨੇ, ਮੱਝ ਵੇਖਦੇ ਨੇ ਮੋਟੀ ਠੁੱਲੀ, ਬਸ ਆ ਬੱਚਾ ਫੜੋ, ਹਾਂ ਫੜ ਬੱਚਾ ਮੈਂ ਅੱਗੇ ਲੈ ਤੂੰ, ਹੁਣ ਉਹ ਬਰੀਕੀਆਂ ਜਿਹੜੀਆਂ ਬੰਦੇ ਵੇਖਦੇ ਆ ਨਾ ਸਮਝਦੇ ਆ, ਜਿਹੜੇ ਮੱਝਾਂ ਨੂੰ ਜਾਂ ਜਿਹੜੇ ਕੋਈ ਥੋੜ੍ਹੇ ਬਹੁਤ ਸ਼ੌਕੀਨ ਹਜ਼ਰਾਤ ਬੱਚੇ ਨੇ ਜਿਹੜੇ ਕੰਮ ਕਰਦੇ ਨੇ ਬਰੀਡ ਤੇ, ਮੱਝ ਨੇ ਥਣ ਚੈੱਕ ਕਰਨਾ ਕਿੰਨਾ ਮੋਟਾ ਕਰ ਗਈ ਹੈ, ਪੂਰਾ ਰੋਗ ਰੋਗਦਾਰ।
ਪਸਮਾ ਚੈੱਕ ਕਰਵਾਉਣਾ ਦੋਸਤਾਂ ਨੂੰ ਦਾਰਾ ਕੱਢੋ ਬਾਕੀ ਮਾਸ਼ਾਅੱਲਾ ਤੁਹਾਡੀ ਅੱਖਾਂ ਦੇ ਸਾਹਮਣੇ ਕਿੱਲੇ ਠੋਕ ਪਸਮਾ ਹੈ ਦੋਸਤਾਂ ਚੈੱਕ ਠੀਕ ਚਲੋ ਕੈਮਰਾਮੈਨ ਸਾਹਿਬ ਆਵਾਜ਼ ਆਉਂਦੀ ਪਈ ਹੈ ਕੋਈ ਨਹੀਂ ਜੀ ਆ ਰਹੀ ਹਾਏ 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 ਲਾਉਣਾ ਸੀ ਬੰਦਿਆਂ ਨੂੰ ਵਾਹ ਕੀ ਸਾਡੇ ਵੇਖਣ ਵਾਲੇ ਬਾਈਆਂ ਨੂੰ ਅਤੇ ਕੀ ਸਮਝਾ ਦੀਏ ਮਾਲ ਡੰਗਾ ਥੱਲੀ ਬੈਠੇ ਨੇ ਮੁੜ ਪੱਠੇ ਤੋਂ ਬੜਾ ਹਰ ਕੋ ਤੰਗ ਕਿਤੇ ਲੈ ਕੇ ਜਾ ਤੇ ਦੋ ਕ੍ਰਾਸ ਕਰਤੇ ਤੇ ਵਿਚਾਲੂ ਜਾ ਤੇ ਮੈਂ ਕੱਢੀ ਅੱਗੇ ਜਾ ਕੇ ਆਉਣਾ ਤਸਲੀਆਂ ਦੇ ਨਾਲ ਵਿਖਾ ਲਵਣਾ ਚਲੋ ਜੀ ਗਾੜੀ ਹੋਣੀ ਅਸਾਂ 2 ਕਿਲੋ ਡੇਢ ਕਿਲੋ ਠੰਡੀ ਹੈ ਐਵੇਂ ਆਪਾਂ ਆਖੀ ਰੱਖੀ ਹੈ ਦੋ ਤਾਂ ਠੰਡੀ ਹੈ ਕਿਉਂਕਿ ਗਲਤ ਬਿਆਨੀ ਨਹੀਂ ਕਰਨੀ ਆਪਾਂ ਹੁਣ ਇੱਥੇ ਉੱਤੇ ਰੱਖਦੇ ਦੋਸਤਾਂ ਨੂੰ ਪਤਾ ਚੱਲੇ ਕਿ ਵਾਕਿਆ ਹੀ ਚੁਆ ਹੈ ਚੋਵਣ ਦਾ ਵੱਧ ਤਾਂ ਨਹੀਂ ਆਉਂਦਾ ਕੋਸ਼ਿਸ਼ ਮੈਂ ਕਰਦਾ ਹੁੰਦਾ ਕਿ ਦੋਸਤਾਂ ਨੂੰ ਵਿਖਾਵਾਂ ਖਾਣ ਉੱਥੇ ਦਾ ਉੱਥੇ ਖਲਾ ਹੈ ਤੋ ਛਿੱਕੀ ਨਹੀਂ ਜਾਂਦਾ ਹਾਂ ਮੈਂ ਆਈ ਬਾਸ ਬਾਲਟੀ ਖਾਣ ਕੈਮਰਾਮੈਨ ਸਾਹਿਬ ਨੂੰ ਸਰੂਰ ਆ ਜਾਂਦਾ ਜਦੋਂ ਚੁਆਈ ਆਉਂਦੀ ਹੈ ਬਿਲਕੁਲ ਉੱਤੇ ਰੱਖ ਦਿੰਦਾ ਤਾਂ ਕਿ ਵੇਖਣ ਵਾਲਿਆਂ ਨੂੰ ਪਤਾ ਚੱਲੇ ਵੀ ਇਹ ਨਹੀਂ ਇਹ 2 ਕਿਨਾਲ ਹੀ ਦੂਰ ਬਹਿ ਰਹੀ ਹੈ ਤੇ ਦੂਰੋਂ ਵਿਖਾਈ ਰੱਖੀ ਛੱਟਾ ਹੋਵੇ ਫਾਰਾ ਹੋਵੇ ਜੋ ਗਿਆ ਮੈਂ ਇਹ ਅੱਲਾਹ ਤਾਲਾ ਦੀ ਦੇਣ ਹੈ ਮੈਂ ਰਿਕਾਰਡ ਅਗਲੀ ਤੋਂ ਪਿਛ ਟਰੋੜ ਦੀ ਸਹੀ ਦੁੱਧ ਵਾਲੇ ਆ ਵੇਖ ਲੈ ਮੈਂ ਨਾ ਆਪਾਂ ਇਹ ਦੁੱਧ ਦੀ ਨਹੀਂ ਦੇਣਾ ਆਪਾਂ ਫਿਰ ਸਵਾਦ ਚੈੱਕ ਕਰਨਾ ਯਾਰ ਮੇਰਾ ਕਿਹੜਾ ਬਾਈ ਦੇਖੀ ਤੇ 2 ਨੰਬਰੀ ਗੱਲ ਹੈ ਕਿ ਮੈਂ ਜਿਹਨਾਂ ਨਾਲ ਤੁਸੀਂ ਨਾ ਬਿਨਾਂ ਤੁਹਾਡੀ ਮਰਜ਼ੀ ਹੈ ਤੇ ਜਿਹੜਾ ਸੱਜਾ ਮੇਰੇ ਨਾਲ ਰਾਸਤਾ ਕਰੇ ਮੈਂ ਤੁਹਾਨੂੰ ਆਖਿਆ ਵੀ ਇਹ ਦੁੱਧ ਵਾਕਿਆ ਨਹੀਂ ਨਾ ਤੇ ਮੈਂ ਬਿਲਕੁਲ ਸ਼ਾਂ ਭਾਵੇਂ 4 ਟਾਈਮ ਚੋਵੇ
ਪਹਿਲੀ ਧਾਰ ਵਜੇ ਦੱਸ ਦਿੰਦੀ ਹੈ ਕਿ ਮੈਂ ਇਤਨਾ ਕਿਦਾਂ ਕਰਾਉਣ ਵਾਲੀ ਹਾਂ ਅੱਲਾ ਦੇ ਹੁਕਮ ਦੇ ਨਾਲ। ਜਿਹੜੇ ਬੰਦੇ ਜਾਣੀ ਜਾਣ ਜਿਹੜੇ ਸਮਝਦੇ ਨੇ ਉਹਨਾਂ ਨੂੰ ਪਤਾ ਹੈ, ਅਤੇ ਜਿਹੜੇ ਐਵੇਂ ਕਮਿੰਟਾਂ ਦੇ ਵਿੱਚ ਜਾਂ ਚਸਕੇ ਲਵਾਉਣ ਵਾਲੇ ਇਹਨਾਂ ਵੀ ਮੁੱਲ ਗਣਾ ਹੋ ਗਿਆ ਅਤੇ ਥੋੜ੍ਹਾ ਹੋ ਗਿਆ ਅਤੇ ਇੰਝ ਹੋ ਗਿਆ ਅਤੇ ਉਂਝ ਹੋ ਗਿਆ, ਉਹਨਾਂ ਨਾਲ ਤਾਂ ਗੱਲ ਹੀ ਨਹੀਂ ਹੈ ਆਪਣੇ। ਹਾਥੀ ਬਦਲ ਤਾਂ ਵਿਖਾ ਲਵੇ ਮੁੜਾ ਆਖਣ ਬਈ ਪਤਾ ਨਹੀਂ ਕਿ ਉਵੇਂ ਚੋਈ ਰੱਖੀ ਇਹਨੇ, ਜਦੋਂ ਮਰਜ਼ੀ ਕੋਈ ਚੋਈ ਰੱਖੇ। ਅਜੇ ਕੱਚੀ ਹੈ ਮੈਂ, ਮੁਫ਼ਤ ਨਹੀਂ ਗਿਆ ਨਹੀਂ ਸਰੂਰ ਆਉਂਦਾ ਪਈ ਆ ਲੋਨ ਛੱਡ ਦੇ ਬੱਚੇ ਨੂੰ ਧਾਕ ਨਾ ਮਾਰ ਬਈ ਇਤਨੀ ਇੱਕ ਹੋਰ ਹੀ ਹੋਵੇ ਆ ਤਾਂ ਸਵਾਦ ਆਵੇ ਆ। ਆਈ ਲਾ ਇੱਥੇ ਤਸੱਲੀ ਕਰਾ ਲਾ ਆ ਬੱਚਾ ਹੇਠ ਥਣ ਮੂੰਹ ਹੋ ਜਾਣੀ ਸਾਹਿਬ ਤੁਸੀਂ ਤਸਵੀਰ ਲੈ ਲਵਣੀ ਹੈ ਥੋੜ੍ਹੀ ਜਿਹੀ ਚੁੱਪ ਕਰੋ ਕੋਈ ਠੀਕ ਹੈ ਜੀ। ਇਹ ਜਨਾਬ ਇਹ 8 ਕਿਲੋ ਹੈ, ਇਹ 7 ਕਿਲੋ ਹੈ, ਇਹ 10 ਹੈ ਤੁਹਾਡੀ ਅੱਖਾਂ ਦੇ ਸਾਹਮਣੇ, ਕਿਉਂਕਿ ਮੈਂ ਇਹ ਗੱਲ ਕਰਨਾ ਵਾ ਕਿ ਮੈਂ ਸਿਰਫ ਚੁਆ ਚੈੱਕ ਕਰਵਾਉਣਾ ਹੈ। ਚੁਆ ਤੋਂ ਦੋਸਤਾਂ ਨੂੰ ਅੰਦਾਜ਼ਾ ਹੋ ਜਾਣਾ ਚਾਹੀਦਾ ਕਿ ਮੱਝ ਕਿਤਨਾ ਕਿ ਦੁੱਧ ਕਰਾਉਣ ਵਾਲੀ ਹੈ, ਜਿਵੇਂ ਦੀ ਮੱਝ ਦੀ ਨਸਲ ਆਜ਼ਾਦ, ਮੱਝ ਨੂੰ ਚੁਆ, ਮੱਝ ਨੂੰ ਥਣ, ਮੱਝ ਦੀਆਂ ਹੱਡੀਆਂ। ਇਹਨੇ ਅਗਰ ਨਹੀਂ ਨਾ ਕਰਨਾ ਠੱਡਾ 17-18 ਤੇ ਮੋੜ ਐਵੇਂ ਜਿਹੜੀ ਹੈ ਸਾਡੇ ਯਾਰ 18 ਕੀਤੀ ਜਾਵੇ ਬੜਾ ਦੁੱਧ। ਭਾਈ ਅਬਾਸ ਤੂੰ ਭਾਈ ਹੈ ਸਾਡਾ ਪਿਆਰਾ ਵੀਰ ਹੈ, ਵੀ ਨਾ ਕਰੇ 18 ਕਰੇ ਆਪਣਾ ਨਾਂ ਫਿਰ ਵੀ ਰੋਸ਼ਨ ਹੈ। ਇਹ ਨਹੀਂ ਆਉਣਾ ਵੀ ਅੱਗੇ ਜਾ ਕੇ ਇਹਨੇ 2.5 ਤਰਾ ਦੇਣਾ, ਉਹੋ ਜਿਹੇ ਤਾਂ ਕੰਮ ਹੀ ਕੋ ਨਹੀਂ। ਨਹੀਂ ਨਹੀਂ ਅੱਲਾ ਦੀ ਮਿਹਰਬਾਨੀ, ਇਹ ਮਜਬੂਰੀਆਂ ਇਹਨਾਂ ਡੰਗਰ ਵਿਕਦੇ ਪੈਣ, ਯਕੀਨ ਮਾਨੇ ਲੋਕ ਇਹਨਾਂ ਦਾ ਲੂਹ ਪਾਟ ਤੇ ਨਹੀਂ ਦਿੰਦੇ ਆ, ਸਿਲਾਬ ਦੀ ਵਜ੍ਹਾ ਤੋਂ ਬੰਦੇ ਮਜਬੂਰ ਹੋ ਗਏ। ਹਾਂਜੀ ਉਹ ਬੰਦੇ ਵੇਚੀ ਜਾਂਦੇ ਨੇ ਜਿਹੜੇ ਕੱਟੀ ਨਹੀਂ ਦਿੰਦੇ ਆ, ਕੱਟੀ ਨਹੀਂ ਦਿੰਦੇ ਸਿਰਫ ਸਿਲਾਬ ਦੀ ਵਜ੍ਹਾ ਤੋਂ ਕਿ ਮਾਲ ਭੁੱਖਾ। ਤੇ ਥੋੜਾ ਜਿਹਾ ਤੁਹਾਨੂੰ ਪਤਾ ਹੈ ਵੀ ਆਫਤ ਇਹ ਇੱਕ ਤਰ੍ਹਾਂ ਦੀ ਸਿਲਾਬ ਜਿਹੜਾ ਆਇਆ ਹੋਇਆ, ਬਾਕੀ ਬਾਈ ਅਬਾਸ ਗੱਲਾਂ ਕਰੀਏ ਆਪਾਂ ਮੋਲ ਦੀਆਂ ਜੀ, ਲੰਮਾ ਚੌੜਾ ਫਾਇਦਾ ਕੋਈ ਨਹੀਂ, ਐਵੇਂ ਤਕਰੀਰ ਕੀਤੀ ਰੱਖੀ ਅੱਗੇ ਬੰਦਿਆਂ ਦੇ ਭਾਈ ਆ ਸਾਨੂੰ ਵੀਡੀਓ ਲੰਮੀ ਬਣਾਉਣਾ। ਹਾਂਜੀ ਅਤੇ ਇਹ ਤੁਸੀਂ ਦੱਸਣਾ ਵੀ ਮੱਝ 12 ਕਿਨਵਾ ਸੋਈ ਹੈ, 12 ਬਾਈ ਜਾਨ ਜੈਨ ਮੈਨ ਦੂਸਰਾ। ਹਾਂਜੀ ਸੂਈ ਨੂੰ ਅੱਜ 5ਵਾਂ ਦਿਹਾੜਾ ਹੈ, ਸਹੀ ਹੈ ਉਹ ਬੱਚਾ ਵੇਖਾਂ ਨੇ ਤਸੱਲੀ ਨਾਲ ਕਹਿਆ ਨੇ ਜੀ ਪਿੱਛੇ ਕੱਟਾ ਹੈ। ਹਾਂ ਮਤਲਬ ਲੈ ਆਪਣੇ ਆਪ ਤੋਰ ਨਹੀਂ ਸਕਦਾ ਧੱਕਾ ਲਾ ਦੇ ਪਿੱਛੇ ਕੱਟਾ 5 ਦਿਨਾਂ ਦੀ ਬਾਅਦ ਸੋਈ 12 ਜੈਨ ਮੈਨ ਦੂਸਰਾ, ਤੇ ਬਾਡੀ ਤੋਂ ਵੀ ਦੱਸਦੀ ਹੈ ਵੀ ਦੂਸਰਾ ਹੈ ਚਮਕਾ ਮੈਂ ਕੋਲ ਪੂਰੀਆਂ ਨੇ ਜ਼ਾਤ ਮੈਂ ਕੋਲ ਪੂਰੀ ਹੈ। ਅੱਛਾ ਹਾਂਜੀ ਹੁਣ ਗੱਲਾਂ ਕਰੀਏ ਆਪਾਂ ਮੁੱਲ ਦੀਆਂ ਜਾਂ ਦੁੱਧ, ਤੁਸੀਂ ਦੱਸਣਾ ਆਪਾਂ ਇਹ ਦਿੱਤਾ ਚੁਆ। ਹਾਂਜੀ ਕੋਈ ਦੋਸਤ ਆਪਣੇ ਕੋਲ ਆ ਜਾਂਦਾ ਹੈ, ਹਾਂਜੀ ਇਹੋ ਬਾਲਟੀਆਂ ਆਪਾਂ ਇਵੇਂ ਚੁਆ ਸਕਦੇ ਹਾਂ ਅੱਲਾ ਦੀ ਮਿਹਰਬਾਨੀ ਨਾਲ, ਮੈਂ ਆਪਾਂ ਚੁਆਇਆ ਇਹ ਮਾਈ ਜਾਨ 3 ਟਾਈਮ ਕਿ ਆਪਾਂ ਚੁਆ ਦਿਸਾਂ, ਇਹ ਤਾਂ ਹੈ ਕੋਈ ਤਾਂ ਆਪਾਂ ਨੂੰ ਓਵਰ ਟਾਈਮ ਲਾ ਕੇ ਚੁਆਈ ਬਾਅਦ ਤੇਰੀ ਲੱਗੀ ਹੈ ਬੋਲੀ। ਹਾਂਜੀ ਮੌਕੇ ਤੇ ਬੰਦਾ ਆਇਆ ਹੈ ਜੀ ਜੀ, ਤੇਰੇ ਨਾਲ ਵਾਧਾ ਘਾਟਾ ਤਾਂ ਨਹੀਂ ਹੋਇਆ। ਮੈਂ ਕਹਿੰਦਾ ਜੀ ਇਤੀ ਖੁਸ਼ੀ ਹੋਈ ਹੈ ਕਿ ਇਹ ਤਾਂ ਖੁਸ਼ ਮੈਂ ਹੋਇਆ ਕਿ ਕਿਹੜਾ ਮੌਕੇ ਤੇ ਆ ਤੇ ਬੰਦਾ ਆਪਣੀ ਮੈਂ ਚੋ ਵਗਾਤ ਲਈ ਸੀ ਸਾਡੀ 20 ਜਾਂ 30 ਬੰਦਾ ਸਾਨੂੰ ਥੋੜ੍ਹੀ ਜਿਹਾ
ਲੇਟ ਹੋ ਗਈ, ਬੰਦਾ 4 ਘੰਟੇ ਬੈਠਾ ਰਿਹਾ, ਇੰਤਜ਼ਾਰ ਉਸ ਕੀਤਾ, ਬਿਲਕੁਲ ਇੰਤਜ਼ਾਰ ਕੀਤਾ, ਆਏ ਆਏ ਤੇ ਫਿਰ ਉਹਨੇ ਲੋਡ ਕੀਤੀ ਹੈ ਜੀ। ਮੈਂ ਗੱਲ ਮਾ ਜਦੋਂ ਚੁਆਈ ਦੇਖਣਾ ਵਿੱਚ ਉਹ ਤੁਸੀਂ ਵੇਖੀਏ ਉਹ ਆਂਦਾ ਦੇਖਤੇ ਆਪਣੀ ਮਿਹਨਤ ਤੋਂ ਤੇਰੇ ਤੇ ਇਤਬਾਰ ਹੈ, ਆਂਦਾ ਹੀ ਮੈਂ ਲੋਡ ਕਰਵਾ। ਮੈਂ ਕਹਿੰਦਾ ਨਹੀਂ, ਮੌਕੇ ਤੇ ਆਦੇ ਨੂੰ ਪਤਾ ਲੱਗੇ ਅਸੀਂ ਗੱਲਾਂ ਕਰਨੇ ਆ ਜਾਂ ਚੀਜ਼ ਵਿਖਾਣੇ ਆ। ਇਨਸ਼ਾਅੱਲਾ ਇਸ ਮਾਹੀ ਤੇ ਕੋਈ ਭਾਈ ਆਵੇ ਤੇ ਆਪਾਂ ਨੂੰ ਉਸ ਨਾਲੋਂ ਵੀ ਜ਼ਿਆਦਾ ਖੁਸ਼ੀ ਹੋਣੀ ਹੈ, ਕਿਉਂਕਿ ਆਪਣੀ ਚੀਜ਼ ਇੱਕ ਨੰਬਰ ਮੁੱਲ ਦੀਆਂ ਕਰੀਏ ਆਪਾਂ ਵੀਡੀਓ ਲੰਮੀ ਹੋ ਜਾਂਦੀ ਹੈ, ਜਿਵੇਂ ਪਹਿਲੇ ਮੁੱਲ ਕਰਨਾ ਨਾ ਮੁਨਾਸਬ ਤੇ ਜਿਵੇਂ ਆ ਨਾ ਵੀ ਤੁਹਾਡੇ ਆਵਾਂ ਨਾਲ ਮੈਨੂੰ ਖੁਸ਼ੀ ਆਉਂਦੀ ਹੈ। ਹਾਂਜੀ ਭਾਈ ਅਮੀਰ ਹਮਜ਼ੇ ਨਾਲ ਤੁਹਾਡਾ ਪਿਆਰ ਹੈ, ਮੇਰੇ ਨਾਲ ਹੈ, ਸਾਡੇ ਵੇਖਣ ਵਾਲੇ ਭਾਈਆਂ ਨਾਲ ਹੈ ਜੀ ਜੀ। ਕਿਵੇਂ ਮੁਨਾਸਬ ਜੀ ਆ ਰੇਟ ਕਰ, ਮੈਨੂੰ ਨਾ ਡਰਾਮੇ ਆਉਂਦੇ ਨਹੀਂ, ਨਾ ਮੈਂ ਕਦੇ ਕੀਤੇ ਨਹੀਂ ਜੀ ਜੀ, ਤੇ ਨਾ ਹੀ ਕਰਾਂ ਦਿੱਤੇ ਨੇ ਕਿਸੇ ਨੂੰ। ਤੇ ਮੈਂ ਵੱਡੇ ਉਹਦਾ ਆਇਆ ਤੇ ਮੈਂ ਮਿੰਨਤਾਂ ਕੀਤੀਆਂ ਮੁੱਲ ਮਕਬੂਲ ਕਰੀ, ਉਹ ਮੈਂ ਵਧੀਆ ਕੰਮ ਹੀ ਕਦੇ ਨਹੀਂ ਕੀਤਾ। ਅਸੀਂ ਬੌਸ ਤੇਰੇ ਕੋਲ ਆਇਆ, ਤੈਨੂੰ ਨਹੀਂ ਪੁੱਛਾ ਮੁੱਲ ਤੂੰ ਕੀ ਕਰਨਾ ਕੀ ਨਹੀਂ, ਲੋਕ ਇਹ ਗੱਲ ਸਮਝਦੇ ਆ, ਲੇਕਿਨ ਆਦੇ ਆਪੇ ਆਦੀ ਆਦੀ ਮਰਜ਼ੀ ਨਾਲ ਪਿਆਰ ਨਾਲ ਅਸੀਂ ਆਪਣੀ ਮਰਜ਼ੀ ਤੇ ਕਰਨੇ ਆ। ਅਸੀਂ ਇੱਕ ਮਿਸਾਲ ਆਪ ਖੇਚਲ ਖਾਏ ਕਰਤੇ ਆਦੀ ਰੋਜ਼ੀ ਬਚਾਉਣ ਦੀ ਕੋਸ਼ਿਸ਼ ਕਰਨੇ ਆ, ਕਿ ਤੁਹਾਨੂੰ ਆ ਤੁਹਾਡੀ ਮਿਹਰਬਾਨੀ ਸਾਨੂੰ ਚਲੋ ਟਾਈਮ ਆਣ ਦਿੰਦੇ ਬਸ ਥੋੜਾ ਜਿਹਾ ਪਿਆਰ ਕਰੇ ਮੁਨਾਸਬ ਜੀ ਆਖ ਭਾਈ ਅਸਾਂ ਨੇ ਇਸ ਤੋਂ ਗੱਡ ਹੋਣੀ ਨੇ ਲੀਕਾ ਛੇਕਦੇ ਫੈਨਲ ਬਿਲਕੁਲ ਫੈਨਲ। ਮੈਂ ਤੈਨੂੰ ਇਹ ਨਾ ਆਖਾਂ ਵੀ ਹੁਣ ਸੌ ਛੱਡ, ਕਿਉਂਕਿ ਡਰਾਮੇ ਨਹੀਂ ਕਰਨੇ। ਹਾਂਜੀ ਬਸ ਪੱਕਾ ਜੀ ਇੱਕ ਗੱਲ ਮੈਂ ਤੈਨੂੰ ਦੱਸਾਂ, ਬਾਈ ਇਤਬਾਰ ਨਹੀਂ ਕਰਦੇ ਹਮੇਸ਼ਾ ਕੇ ਲਈ ਚੈਨਲ ਤੇ ਵੈਲਿਊ ਕੋਈ ਨਹੀਂ। ਹਾਂਜੀ ਬਹਰਹਾਲ ਅਸੀਂ ਲੋਕ ਪਤਾ ਹੀ ਕੀ ਹੈ, ਕਈ ਸਾਡੇ ਐਸੇ ਚਾਹਣ ਵਾਲੇ ਵਿਰਾਨ ਹੈ ਕਿ ਅਸੀਂ ਚੈਨਲ ਤੇ ਨਹੀਂ ਹਮਨੇ ਆਣਾ ਤੇ ਉਹ ਸਾਨੂੰ ਤਲਬ ਦੇ ਨਾਂ ਨੇ ਯਾਰ ਕੋ ਮਾਜੀ ਨਹੀਂ ਲਾਉਂਦੇ ਹੋ ਮਾਜ ਨਹੀਂ ਠੀਕ ਹੈ, ਅਸਲ ਤੇਰਾ ਹੱਥ ਹੀ ਸੱਚੀ ਕੰਮ ਹੈ, ਅੱਲਾ ਤੇ ਬਹੁਤ ਕਲਾਸ ਹੈ ਬਾਈ ਦੇ। ਹਾਂਜੀ ਤੇ ਥੋੜਾ ਜਿਹਾ ਪਿਆਰ ਕਰਦੇ ਹੋ ਚੈਨਲ। ਹਾਂ ਬਿਲਕੁਲ ਮੁਨਾਸਬ ਤਰੀਨ ਮਾਜ ਤੇਰੀ ਚੰਗੀ ਹੈ ਮਾਜ ਮਾਜ ਵੇ ਸ਼ਾਕ ਕੋ ਮਾਜ ਦਾ ਮੈਂ 20 ਸ਼ੇਰ ਦੀ ਗਰੰਟੀ ਦੇਣਾ ਤੂੰ ਵੀ ਆਨਾ ਮੈਂ ਆਨਾ 18 ਕਰੇ ਬੜਾ ਦੋ ਮੈਨੂੰ 15 ਦਿਨਾਂ ਦਾ ਟਾਈਮ ਦੇਵੇ ਮੈਂ 20 ਕਿਲੋ ਦੁੱਧ ਚਵਾ ਦੇ ਆਪਾਂ ਉਹ ਕਰਨਾ ਨਹੀਂ ਇਹ ਹੈਗਾ ਮਾਲਕਾਂ ਦਾ ਨਸੀਬ ਹੈ 22 ਕਰੇ 20 ਕਰੇ ਕਿਸੇ ਬੰਦੇ ਨੂੰ ਕੋਈ ਸ਼ ਪਾਣੀ ਹੈ ਤੇ ਚੋਲ ਲਵਣਾ ਜੇ ਉੱਥੇ ਜਾ ਕੇ ਇਵੇਂ ਬੰਨੀ ਰੱਖੇ ਆਖੇ ਨੀਲੀ ਦੀ ਨਹੀਂ ਲਈ ਸੀ ਉਹ ਜਿਹੜਾ ਕੁਛ ਨੂੰ ਗਾਸੀ ਜਿਹੜਾ ਐਵੇਂ ਵਾਲਾ ਬੰਦਾ ਉਹ ਲੈਂਦਾ ਹੀ ਨਹੀਂ ਨੀਲੀ ਦੀਆਂ ਮੱਝਾਂ ਐਵੇਂ ਨਹੀਂ ਦੁੱਧ ਦਿੰਦੀਆਂ ਬੇ ਉੱਥੇ ਜਾ ਤੇ ਬੰਨ ਦਿੱਤੀ ਤੇ ਨਿਮਾਸ਼ੇ ਉਸ ਦੁੱਧ ਦੇਣਾ ਨਹੀਂ ਖੁਰਾਕ ਇਹਨੂੰ ਪਾਸ ਉੱਥੇ ਦੁੱਧ ਦੇ ਸੀ ਅੱਲਾ ਦੇ ਹੁਕਮ ਦੇ ਨਾਲ ਤੁਹਾਡਾ ਵੀ ਰੂਹ ਰਾਜ਼ੀ ਸਾਡਾ ਵੀ ਨਾਂ ਰੋਸ਼ਨ ਭਾਈ ਅਬਾਸ ਦਾ ਵੀ ਤੇ ਬਿਲਕੁਲ ਮੁਨਾਸਬ ਕਰਦੇ ਭਾਈ ਜਾਨ ਆਪਾਂ ਫਾਈਨਲ ਜੀ ਗੱਲ ਕਰਸਾਂ ਜੀ ਜਿਹੜਾ ਵਾਦਾ ਕਰਤਾ ਹਾਂਜੀ 460,000 ਰੁਪਏ 460,000 ਹਾਂਜੀ ਹੁਣ ਮੈਂ ਤਾਂ ਕੋ 10 ਵਿੱਚ ਛੱਡ ਦੇ ਅਸਨ ਭਾਈ ਯਕੀਨ ਮੰਨ ਜਾ ਮੈਂ ਤੈਨੂੰ ਆਖਿਆ ਵੀ ਮੁਨਾਸਬ ਕਰੇ ਤੂੰ ਵਾਕਿਆ ਨਹੀਂ ਕੀਤਾ ਕਿ 560 ਤੇ 6-7 ਰੇਟ ਤੂੰ ਮੁਨਾਸਬ ਕੀਤਾ ਤੇ ਥੋੜਾ ਜਿਹਾ ਹੁਣ ਪਿਆਰ ਦਾ ਹਾਲਾ ਉਤਲਾ ਜਿਹਾ ਰਹਿਣਾ ਚਾਹੀਦਾ ਇਹ ਭਾਵੇਂ ਮਿੰਨਾ ਤੇ ਮੰਨ ਤੇ ਜੋ ਕੁਝ ਮਰਜ਼ੀ ਕਰ ਤੇ ਆਦੇ ਆਪੇ ਹੀ ਕਰਦੇ ਆ ਮਾਰੋ ਯਾਰ ਮੇਰੀ ਤੁਸੀਂ ਇੰਨੇ ਦਿਨਾਂ ਦੀ ਚੀਜ਼ ਹਨ ਫਾਲ ਸੇਲ ਕਰਦੇ ਨੇ ਕੋਈ ਗਿਲਾ ਛਿਪਾ ਕੁਲਾ ਮਾਇਆ ਕੋਈ ਨਹੀਂ ਆਇਆ ਜਰਾ ਮੌਕੇ ਤੇ ਆਵੇ ਸ਼ਾਬਾਸ਼ ਦਿੰਦਾ ਨਹੀਂ ਤੁਹਾਡੇ ਨੂੰ ਲਾਹਨਤ ਦੇ ਦਿੰਦਾ ਮੈਂ ਅੱਜ ਅਸੀਂ ਤੇਰੇ ਨਾਲ ਵਾਦਾ ਘਾਟਾ ਕੀਤਾ ਹੋਵੇ ਹਾਂਜੀ ਕਦੇ ਕਿਸੇ ਨਹੀਂ ਕਿਸਾਨ ਦਾ ਨਹੀਂ ਨਹੀਂ ਜਿੰਨੇ ਜਾਨਵਰ ਤੇਰੀਆਂ ਜੋੜੀਆਂ ਵਿਕੀਆਂ ਨੇ ਗਾਵਾਂ ਵਿਕੀਆਂ ਨੇ ਮੱਝਾਂ ਵਿਕੀਆਂ ਨੇ ਕੋਈ ਬੰਦਾ ਆਖ ਦੇਵੇ ਕਿ ਭਾਈ ਹਸਨ ਤੇਰੇ ਨਾਲ ਇੰਜ ਕੀਤਾ ਹੈ ਜੀ ਉਹ ਤੂੰ ਮੈਨੂੰ ਦੱਸ ਚਲੋ ਜੀ ਹਸਨ ਭਾਈ ਜੇ ਤੂੰ ਇੰਨੀ ਮਤਬਲੇ ਗੁੰਜਾਇਸ਼ ਕਢਾਣਾ ਹੈ ਤੇ ਦੱਸ ਅਸੀਂ ਛੱਡ ਦੇਨੇ ਆ ਕਿਉਂਕਿ ਕਲਾਮੀ ਕਿਸੇ ਪਿਆਰੇ ਵੀਰ ਮਣੇ ਜਿੰਦੇ ਮਣੇ ਜਾਂਦੇ ਰਹੀ ਆਈ ਸਾਰੀ ਜ਼ਿੰਦਗੀ ਪੁੱਛਦਾ ਹੀ ਰਸੇ ਵੀ ਮੈਂ ਕਿਹੜੇ ਘਰ ਕੋਲ ਆਈ ਅੱਲਾ ਦੇ ਹੁਕਮ ਦੇ ਨਾਲ ਕਿਉਂਕਿ ਅਸੀਂ ਵੇਖਣ ਵਾਲੇ ਬਾਈਆਂ ਦੇ ਨਾਲ ਖਾਸ ਤੌਰ ਤੇ ਇੱਕ ਮਿੰਟ ਜਿਹੜੇ ਸਾਡੇ ਭਾਈ ਓਵਰਸੀਜ਼ ਪਾਕਿਸਤਾਨੀ ਨੇ ਜਿਨ੍ਹਾਂ ਨਾਲ ਅੱਗੇ ਧੋਖੇ ਹੋਏ ਨੇ ਜਿਹੜੇ ਵੇਖਣ ਹੀ ਚੈਨਲਾਂ ਨੂੰ ਅੱਜ ਛੱਡ ਗਏ ਬਿਲਕੁਲ ਡਰ ਗਏ ਬੰਦੇ ਉਹਨਾਂ ਵਾਸਤੇ ਅਸੀਂ ਮਿਹਨਤਾਂ ਕਰਨੇ ਆ ਸਫ਼ਰ ਕਰਨੇ ਆ ਬੱਚੇ ਦੇ ਕੋਈ ਇਹ 6 ਦਿਨ ਤੂੰ ਉੱਤੇ 5 ਦਿਨ ਤੂੰ ਬੱਚਾ ਨਹੀਂ ਹੈ 1 ਦਿਨ ਦਾ ਇਹਨਾਂ ਦੇ ਹੀਰੇ ਲੈ ਕੇ ਆਨੇ ਆ ਉਮੀਦ ਬੜੀ ਹੈ ਨੰਬਰ ਸਕਰੀਨ ਤੇ ਚੱਲਦਾ ਵੀਡੀਓ ਅੱਛੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਲਾਜ਼ਮੀ ਕਰਨੇ ਨੇ ਇਨਸ਼ਾਅੱਲਾ ਨਵੀਂ ਅੱਛੀ ਔਰ ਬਿਹਤਰੀਨ ਵੀਡੀਓ ਦੇ ਨਾਲ ਹਾਜ਼ਰ ਹੋਵਾਂਗਾ ਅੱਲਾ ਨਿਗਹਿਬਾਨ ਪਾਕਿਸਤਾਨ ਜ਼ਿੰਦਾਬਾਦ।